नमस्कार, मैं हूं आपके साथ सोनिया चौहान। पंजाब की खबरों में आप सभी का स्वागत है। बुलेटिन की शुरुआत करते हैं एक बड़ी खबर के साथ। बड़ी खबर इस वक्त की आपको बता रहे हैं, किसान आंदोलन का आज तीसरा दिन। बड़ी खबर अहम जानकारी, दिल्ली मार्च के बाद ट्रेन रोको का ऐलान। वहीं पंजाब में ट्रेन रोकेंगे किसान। बड़ी खबर अहम जानकारी, किसानों पर हुई फायरिंग पर तीखी प्रतिक्रिया। जोगिंदर सिंह उग्राहा ने दी तीखी प्रतिक्रिया। बड़ी खबर अहम जानकारी इस वक्त की आपको दे रहे हैं, दिल्ली मार्च के बाद ट्रेन रोको का ऐलान। किसानों पर हुई फायरिंग पर तीखी प्रतिक्रिया। बता दें कि किसान आंदोलन का आज तीसरा दिन, दिल्ली मार्च के बाद ट्रेन रोको का ऐलान। पंजाब में ट्रेन रोकेंगे किसान। बड़ी खबर अहम जानकारी इस वक्त की आपको दे रहे हैं, किसानों पर हुई फायरिंग पर तीखी प्रतिक्रिया। इस वक्त की खबर चंडीगढ़ से आपके टेलीविजन स्क्रीन पर। बड़ी खबर अहम जानकारी, किसान आंदोलन का आज तीसरा दिन, किसान मार्च के बाद ट्रेन रोको का ऐलान किया गया। पंजाब में ट्रेन रोकेंगे किसान। बड़ी खबर अहम जानकारी इस वक्त की आपको दे रहे हैं चंडीगढ़ से। बता दें कि किसानों पर हुई फायरिंग पर तीखी प्रतिक्रिया। जोगिंदर सिंह उग्राहा ने तीखी प्रतिक्रिया दी है। 32 ਜਥੇਬੰਦੀਆਂ ਦੀ ਅੱਜੇ ਮੀਟਿੰਗ ਚੱਲ ਰਹੀ ਹੈ। ਅਸੀਂ ਤਾਂ 32 ਜਥੇਬੰਦੀਆਂ ਨੂੰ ਬੇਨਤੀ ਕਰਨ ਆਏ ਸੀ ਕਿ ਜਿਹੜਾ ਇਹ ਕੇਂਦਰ ਸਰਕਾਰ ਨੇ ਦਿੱਲੀ ਜਾਂਦੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ, ਉੱਥੇ ਅਥਰੂ ਗੈਸ ਦੇ ਗੋਲੇ ਸਿੱਟੇ ਨੇ, ਗੋਲੀਆਂ ਰਬੜੀਆਂ ਚਲਾਈਆਂ ਨੇ, ਉਹਨਾਂ ਨੂੰ ਜਾਣ ਤੋਂ ਰੋਕਿਆ, ਉਹ ਜ਼ਬਰਦਸਤ ਅਸੀਂ ਵਿਰੋਧ ਕਰਦੇ ਹਾਂ। ਸਰਕਾਰ ਦੀ ਇਸ ਕਾਰਗੁਜ਼ਾਰੀ ਦੀ ਅਸੀਂ ਨਿੰਦਿਆ ਕਰਦੇ ਹਾਂ। ਇਹ ਜਮਹੂਰੀਅਤ ਦਾ ਕਤਲ ਹੈ, ਇਹ ਲੋਕਤੰਤਰ ਦਾ ਘਾਣ ਹੈ। ਅਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ 'ਤੇ ਉਹ ਸੰਘਰਸ਼ ਕਰ ਰਹੇ ਨੇ ਸਾਥੀ, ਉਹ SKM ਦੀਆਂ ਮੰਗਾਂ ਨੇ, ਦਿੱਲੀ ਮੋਰਚੇ ਦੀਆਂ ਮੰਗਾਂ ਨੇ, ਕਿਸਾਨੀ ਦੀਆਂ ਮੰਗਾਂ ਨੇ ਸਾਡੀਆਂ, ਅਤੇ ਉਹਨਾਂ ਦੀਆਂ ਮੰਗਾਂ ਕੋਈ ਅੱਡ ਨਹੀਂ, ਮੰਗਾਂ ਇੱਕ ਨੇ। ਅਸੀਂ ਵੀ ਕਿਸੇ ਰੂਪ ਦੇ ਵਿੱਚ ਇਹਨਾਂ ਦੀ ਮਦਦ ਕਰਦੇ ਹਾਂ, ਉਸ ਮੰਗਾਂ 'ਤੇ ਅਸੀਂ ਸੰਘਰਸ਼ ਕਰਦੇ। ਅਸੀਂ ਇਹਦੇ ਰੋਸ ਦੇ ਵਿੱਚੋਂ ਆਪਣੀ ਜਥੇਬੰਦੀ ਵੱਲੋਂ ਕੱਲ੍ਹ ਨੂੰ ਪੰਜਾਬ ਦੇ ਵਿੱਚ 7 ਥਾਵਾਂ 'ਤੇ 12 ਤੋਂ 4 ਘੰਟੇ ਦਾ ਰੇਲ ਰੋਕੋ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਪ੍ਰੈਸ ਨੋਟ ਅਸੀਂ 3 ਵਜੇ ਤੱਕ ਸਾਰੀ ਪ੍ਰੈਸ ਨੂੰ ਕੱਢਦੇ ਹਾਂ। ਉਹ ਥਾਵਾਂ ਤਾਂ ਤਕਰੀਬਨ, ਵੈਸੇ ਇੱਕ ਹੈਗੀ ਆ ਬਠਿੰਡੇ 'ਚ, ਬਠਿੰਡਾ ਬਰਨਾਲਾ ਜਿਹੜੀ ਸੜਕ ਹੈ ਉਹ ਰੋਕਾਂਗੇ ਅਸੀਂ। ਇੱਕ ਜਿਹੜੀ ਲੁਧਿਆਣਾ ਦਿੱਲੀ ਜਾਖਲ ਹੋ ਕੇ ਜਾਂਦੀ ਹੈ ਉਹ ਰੋਕਾਂਗੇ ਅਸੀਂ। ਇੱਕ ਜਿਹੜੀ ਬਠਿੰਡਾ ਦਿੱਲੀ ਉਹਦੇ 'ਤੇ ਜਾ, ਇੱਕ ਰਾਜਪੁਰਾ ਦਿੱਲੀ ਜਿਹੜੀ ਉਹ ਰੋਕਾਂਗੇ। ਇੱਕ ਜਿੱਤਵਾਲ ਮੋਗਾ ਸੜਕ ਹੈ ਉਹ ਹੈ, ਇੱਕ ਅੰਮ੍ਰਿਤਸਰ ਨਹੀਂ, ਕੱਲ ਨੂੰ 4 ਘੰਟੇ ਦਾ ਰੇਲਾ ਰੋਕ ਹੈ ਸਰੋਸ ਉਹਨਾਂ ਨੂੰ। ਜਲੰਧਰ ਦੇ ਵਿੱਚ ਸਾਡਾ ਕੰਮ ਨਹੀਂ ਹੈ, ਜੇ ਹੁਣ ਦੂਜੇ ਸਾਥੀਆਂ ਨੂੰ ਬੇਨਤੀ ਕਰਕੇ ਆ, ਜੇ ਕੋਈ ਲੱਗਦਾ ਕੰਮ ਲੱਗ ਜਾਵੇ। ਦੇਖੋ ਸਾਥੀਆਂ ਨੇ ਸੰਯੁਕਤ ਮੋਰਚੇ ਤੋਂ ਕੁਛ ਜਥੇਬੰਦੀਆਂ ਬਾਹਰ ਆ ਗਈਆਂ ਸੀ, ਗੈਰ ਰਾਜਨੀਤਿਕ ਸੰਯੁਕਤ ਮੋਰਚਾ ਬਣਾ ਲਿਆ ਸੀ ਦਿੱਲੀ ਕੋਲ ਤੋਂ ਬਾਅਦ। ਇੱਕ ਸਿੱਧੇ ਉਹ ਜਥੇਬੰਦੀਆਂ ਨੇ, ਇੱਕ ਜਥੇਬੰਦੀਆਂ ਉਹ ਨੇ ਜਿਹੜੀਆਂ ਮਤਲਬ ਜਿਨ੍ਹਾਂ ਨੇ ਆਪਣਾ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਹੋਇਆ KMM, ਉਹ ਜਥੇਬੰਦੀਆਂ ਦਾ ਉਹਨਾਂ ਦਾ ਇਹ ਪ੍ਰੋਗਰਾਮ ਹੈ, ਉਹਨਾਂ ਨੇ ਲਿਖਿਆ ਸਾਡੇ ਨਾਲ। ਭਾਰਤੀ ਕਿਸਾਨ ਨੂੰ ਟਕਾਉਂਦਾ ਧਨੇਰ ਨੇ ਜਿਹੜੇ, ਉਹ ਹੁਣੇ ਦੱਸ ਕੇ ਗਏ ਨੇ ਵੀ ਕੱਲ੍ਹ ਦੇ ਰੇਲ ਰੋਕੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਉਹ ਵੀ ਸ਼ਾਮਿਲ ਹੋਣਗੇ, ਉਹ ਸਾਡੇ ਨਾਲ ਸਾਥੀ ਬੈਠੇ ਨੇ।
ਤੇ ਇਹਨਾਂ ਨੇ ਫੈਸਲਾ ਕਰਕੇ ਸਾਨੂੰ ਦਿੱਤਾ ਤੇ ਅਸੀਂ ਦੋ ਜਥੇਬੰਦੀਆਂ ਜਿਹਨੀ ਕੱਲ ਨੂੰ ਰੇਲੋ, ਬਾਕੀ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਕੇ ਆਏ ਜੀ ਅੰਦਰ, ਬੇਨਤੀ ਕਰਨਾ ਸਾਡਾ ਕੰਮ ਹੈ, ਫੈਸਲਾ ਕਰਨਾ ਉਹਨਾਂ ਦਾ ਹੱਕ ਹੈ, ਉਹ ਜੇ ਕੋਈ ਮਤਲਬ ਨਾ ਰੇਲਾਂ ਰੋਕਣ, ਕੋਆਰਡੀਨੇਟ ਕਰਨ, ਜ਼ਬਰਦਸਤ ਵਿਰੋਧ ਕਰਨ, ਮੰਗਾਂ ਨੂੰ ਕਹਿਣ ਵੀ ਮੰਗਾਂ ਠੀਕ ਨੇ, ਉਹਨਾਂ ਦੀ ਵੈਸੇ ਗੱਲ ਆ ਗਈ ਸਾਨੂੰ, ਉਹਨਾਂ ਨੇ ਬਹੁਤ ਜ਼ੋਰ ਨਾਲ ਇਹ ਗੱਲ ਕਿਹਾ ਵੀ ਤੁਹਾਡੀਆਂ ਇਹਨਾਂ ਦੋਨਾਂ ਗੱਲਾਂ ਤੇ ਸਹਿਮਤੀ ਹੈ ਵੀ ਜਿਹੜਾ ਜ਼ਬਰ ਹੋਇਆ ਉੱਥੇ ਧੱਕਾ ਹੋਇਆ, ਕੰਧਾਂ ਕੱਢੀਆਂ ਨੇ ਜਾਣ ਤੋਂ ਰੋਕਿਆ, ਉਹਦਾ ਅਸੀਂ ਵਿਰੋਧ ਕਰਦੇ ਹਾਂ ਤੇ ਜਿਹੜੇ बढ़ते हैं अगली खबर की ओर। पंजाब के पूर्व मुख्यमंत्री चरणजीत सिंह चन्नी ने किसान आंदोलन पर बोलते हुए कहा कि केंद्र सरकार किसानों के मांगे गए मांगों को ना मानकर किसानों के साथ धोखा कर रही है। बॉर्डर पर किसानों पर अत्याचार किया गया है। वहीं राहुल गांधी के एमएसपी के बयान के ऊपर पूर्व मुख्यमंत्री चरणजीत सिंह चन्नी ने बयान दिया और कहा कि दोनों ही केंद्र और पंजाब की सरकार किसानों के ऊपर कोई भी ध्यान नहीं दे रही और उनकी सरकार ने पहले भी किसानों का कर्ज माफ किया था और अब फिर वो एमएसपी की गारंटी लेकर आ रहे हैं। इस नु लमका के, इस मसले नु लमका के पंजाब दा सबर टेस्ट ना करे केंद्र सरकार, उस साडे सबर ਨੂੰ ਉੱਛਲਦਾ ਦੇਖ ਰਹੀ ਹੈ। ਪੰਜਾਬ ਨੂੰ ਦੁਬਾਰੇ ਉਸ ਭੱਠੀ 'ਚ ਨਾ ਝੋਕ ਕੇ ਜਿੱਥੇ ਤੋਂ ਪੰਜਾਬ ਪਹਿਲਾਂ ਨਿਕਲਿਆ ਹੈ। ਪੰਜਾਬ ਨੇ ਬਹੁਤ ਸੰਤਾਪ ਭੋਗ ਲਿਆ। ਪੰਜਾਬ ਸ਼ਾਂਤੀ ਪਸੰਦ, ਅਮਨ ਪਸੰਦ ਲੋਕ ਐ ਸੀ, ਲੇਕਿਨ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ। ਭਾਵੇਂ ਕਿ ਪੰਜਾਬ ਦੀ ਸਰਕਾਰ ਹੈ, ਇਹ ਸਾਡੇ ਨੌਜਵਾਨਾਂ ਨੂੰ ਚੱਕ ਚੱਕ ਕੇ ਅੰਦਰ ਲਈ ਜਾਂਦੀ ਹੈ। ਕਿਸੇ 'ਤੇ NSC ਲਾ ਤੀ, ਕਿਸੇ ਭਾਨੇ ਸਿੱਧੂ ਵਰਗੇ 'ਤੇ ਪਰਚੇ ਦਰਜ ਕਰਤੇ, ਚਾਰ ਚਾਰ ਪੰਜ ਪੰਜ, ਇਹ ਸਾਨੂੰ ਉਕਸਾ ਰਹੇ ਹੈ। ਕੇਂਦਰ ਸਰਕਾਰ ਪੰਜਾਬ ਨੂੰ ਉਕਸਾ ਰਹੀ ਹੈ, ਨਾ ਡਿਮਾਂਡਾਂ ਮੰਨ ਕੇ ਮਜਬੂਰ ਕਰ ਰਹੀ ਹੈ ਸੰਘਰਸ਼ ਦੇ ਰਾਹ ਤੇ ਤੁਰਨ ਲਈ, ਫਿਰ ਗੋਲੀਆਂ ਚਲਾ ਕੇ ਫਿਰ ਸਾਨੂੰ ਪੁੱਠੇ ਪਾਸੇ ਤੋਰਨਗੇ। ਇਸ ਲਈ ਇਹ ਮਸਲੇ ਨੂੰ ਹੱਲ ਕਰੋ। ਪੰਜਾਬ ਔਰ ਹਰਿਆਣਾ ਬਾਰਡਰ ਪਰ ਲਗਾਤਾਰ ਹੀ ਡਰੋਨ ਕੇ ਜ਼ਰੀਏ ਆਸੂ ਗੈਸ ਕੇ ਗੋਲੇ ਛੋੜੇ ਜਾ ਰਹੇ ਹਨ ਔਰ ਜਹਾਂ ਪੰਜਾਬ ਸੇ दिल्ली कूच कर रहे किसान उनका मुकाबला पतंग से कर रहे हैं। आंसू गैस के गोले लगातार दूसरी तरफ से किसानों के ऊपर चलाए जा रहे हैं जिससे किसान दिल्ली जाने से डर जाएं और यहां पर देखने वाली बात यह है कि किस तरीके से आंसू गैस के गोले लगातार बम की तरह गिराए जा रहे हैं। बता दें कि लगातार किसान दिल्ली जाने की मांग पर अड़े हुए हैं जिसको लेकर पुलिस प्रशासन पूरी तरह से चाक चौबंद नजर आ रहा है। ड्रोन के जरिए आंसू गैस के गोले छोड़े जा रहे हैं, किसानों को परेशान करने की कोशिश की जा रही है ताकि किसान डर जाएं, आगे की सीमा में प्रवेश ना करें। और बता दें कि इसको लेकर ड्रोन के जरिए आंसू गैस के गोले छोड़े जा रहे हैं। बता दें कि चंडीगढ़ की ये तस्वीरें हैं जहां पर ड्रोन के जरिए आंसू गैस के गोले दागे जा रहे हैं। गुरदासपुर में मुकेरिया रोड पर गांव चावा के पास टिपर और पंजाब रोडवेज की बस की चपेट में आने से एक थार गाड़ी बुरी तरह से क्षतिग्रस्त हो गई जिसमें सवार बाप बेटा गंभीर रूप से घायल हो गया जिनको इलाज के लिए गुरदासपुर के एक निजी अस्पताल में पहुंचाया गया। वहीं मौके पर पहुंचे पंजाब
बता दें कि पुलिस अधिकारियों ने सभी गाड़ियों को अपने कब्जे में लेकर आवाजाही को बहाल करवा दिया गया और मामले की जांच पड़ताल की जा रही है। घटना की जानकारी देते हुए पारिवारिक सदस्यों और घायलों को निजी अस्पताल में लेकर आए मजदूरी करने वाले युवकों ने बताया कि वे सुबह सुबह गुरदासपुर से मजदूरी के लिए जा रहे थे और जब वे गांव चावा के पास पहुंचे तो उन्होंने देखा कि रोडवेज बस के और टिपर के बीच थार गाड़ी फंसी हुई है। सर मेरा नाम सोनू है, अही पिंड तिबड़ी है मेरा, ते अही जा रहे पुराने साले दिहाड़ी मजदूरी करन जा रहे हैं ते चाण के वेखा एक्सीडेंट होया है उथे पे ही अपने दो थार गड्डी ही अपने रोडवेज है ते एक टिप्पर ही उन्हां च वजे ही दोवें प्यो पुत ही कहिंदे अपने चक शरीफ तों ही ते कोई चौके नहीं खड़न दिया था बड़िया के तरले मारे हार के फिर अही मोटरसाइकिल ते लियाउणा है मोटरसाइकिल ते भी नहीं आउंदे ਰਾੜ ਕੇ ਕਿਸੇ ਤਰਲਾ ਮਾਰਿਆ ਬ੍ਰੈਡਾਂ ਵਾਲੀ ਗੱਡੀ 'ਤੇ ਲੱਦ ਕੇ ਲਿਆਂਦਾ ਜੀ ਅਤੇ ਇੱਥੋਂ ਤੱਕ ਪਹੁੰਚਾਇਆ ਜਾਵੇ ਘਰਦਿਆਂ ਨੂੰ ਫੋਨ ਫਾਨ ਮਿਲਾ ਕੇ ਨਾ ਅਤੇ ਹੁਣ ਇੱਥੋਂ ਵੇਖੋ ਕੀ ਕਰਦੇ ਆ ਨਹੀਂ ਇਹ ਨਹੀਂ ਜੀ ਸਰ ਪਤਾ ਸਾਡੇ ਤੋਂ ਪਹਿਲਾਂ ਹੋਇਆ ਕੋਈ 10-15 ਮਿੰਟ ਗੱਡੀ ਦਾ ਤਾਂ ਬਾਹਲਾ ਜ਼ਿਆਦਾ ਹੋ ਗਿਆ ਸਰ ਫਿਲਹਾਲ ਵਕਤ ਤੋਂ ਚਲਾ ਇੱਕ ਛੋਟਾ ਸਾ ਬ੍ਰੇਕ ਕਾ ਬ੍ਰੇਕ ਕੇ ਬਾਅਦ ਜਲਦ ਹਾਜ਼ਰ ਹੋਵਾਂਗੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ SSF ਸੜਕ ਸੁਰੱਖਿਆ ਫੋਰਸ ਹਰ 30 ਕਿਲੋਮੀਟਰ ਬਾਅਦ ਇੱਕ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਖਰਾਬ ਹੋਇਆ ਉਹਨੂੰ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਤਕੜੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ ਟੋਇਟਾ ਹਿਲਕਸ ਕੰਪਿਊਟਰ ਫਿੱਟ ਹੈ ਸਾਰੇ ਇੰਪੈਲਨ ਜਿਹੜੇ ਹਸਪਤਾਲ ਨੇ ਟਰੋਮਾ ਸੈਂਟਰ ਨੇ ਉਹਨਾਂ ਨਾਲ ਅਟੈਚ ਹੈ ਹਰ ਗੱਡੀ ਇਸ ਵਾਰ SSF ਕਰਕੇ ਕਿੰਨੀਆਂ ਮੌਤਾਂ ਘੱਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੂਗੀ ਜੀ 3000 ਬੰਦੇ ਦੀ ਆਪਾਂ ਪੰਜਾਬ ਨੂੰ ਸਭ ਤੋਂ ਸੇਫੈਸਟ ਸਟੇਟ ਬਣਾਉਣਾ ਹੈ ब्रेक के बाद आप सभी का एक बार फिर स्वागत है बढ़ते अगली खबर की ओर शिरोमणि अकाली दल के नेता बिक्रम सिंह मजीठिया ने ट्वीट किया जिसमें उन्होंने लिखा कि पंजाब में कवरेज कर रहे पत्रकार नील बरिंदर को ड्रोन से गोली मार दी गई और कई किसान घायल भी हुए इसका जिम्मेदार कौन है साथ ही उन्होंने पंजाब सरकार पर निशाना साधते हुए कहा कि पंजाब का CM कौन है गृहमंत्री कौन है और किसने पंजाब का इंटरनेट बंद किया और साथ ही सबके लिए उन्होंने सीधे तौर पर मुख्यमंत्री भगवंत मान को जिम्मेदार ठहराया है।
खबर गुरदासपुर से है, जहां लुटेरों के हौसले लगातार बुलंद होते नजर आ रहे हैं। पुलिस के एक एएसआई की पत्नी बता दें कि लुटेरों द्वारा उनका पर्स छीन लिया गया और जिसमें 4000 और एक मोबाइल फोन था। इस संबंध में जानकारी देते हुए पीड़ित महिला ने बताया कि घर से सामान लेने बाजार आई थी, घर वापस आते समय लुटेरों द्वारा उसका पर्स छीन लिया गया जिसमें 4000 की नकदी और एक मोबाइल फोन था। साथ ही उन्होंने कहा कि दोनों जवान मोटरसाइकिल पर आए और इससे सारी घटना को अंजाम दिया। और पीड़ित ने बताया कि दो लुटेरे उनका पर्स छीनकर भाग गए। नौजवानों ने कहा कि हम लुटेरों के पीछे गए, लेकिन तब तक वो फरार हो चुके थे। बता दें कि गुरदासपुर में लगातार चोरों के हौसले बुलंद होते नजर आ रहे हैं। एक एसआई की पत्नी से लुटेरों ने पर्स छीना जिसमें करीब 4000 और एक मोबाइल फोन बैग के अंदर था। वहीं बता दें कि फिलहाल पुलिस मामले की जांच में जुट गई है। विजय कुमार है, मेरा नाम एएसआई है। मैं इतने पोस्टर एडिशन सैशन जा साउथ इंडियन कोर्ट एयरपोर्ट कचहरी जी। मेरी वाइफ कुछ अपना समान लैन लिए हमने घरों निकले है, अद्धा घंटा पहलों तो उधरों समान लैके आ रहे हैं अपने पैदल ही। तो पर्स सीगा इन्हों के हाथ में कुछ नकदी, वो 4500 रुपया होर की सी, 4500 मोबाइल फोन से इन्हों का। तो खो के तो लै गए ने, दो मुंडे दस रहे दो मुंडे अपने गए मुंडे नौजवान स्पलेंडर मोटरसाइकिल से, तो मुँह बन्ने उन्होंने जहाज चौंक भजे भाजी ਹਨੂਮਾਨ ਚੌਂਕ ਤੋਂ ਇੱਧਰੋਂ ਆਏ ਤੇ ਜਹਾਜ਼ ਚੌਂਕ ਨੂੰ ਗਏ। ਹਾਂਜੀ, ਨਹੀਂ ਮੈਂ ਤੇ ਅਜੇ ਸਿਰਫ ਸੁਣ ਕੇ ਅਜੇ ਮੌਕੇ ਤੇ ਆਇਆ ਹੀ ਹੈ ਜੀ। ਠੀਕ ਠੀਕ ਹੈ ਜੀ। ਹਾਂਜੀ, ਉਦਾਂ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਦਿੱਤੀ ਹੈ ਮੈਂ ਫੋਨ ਤੇ। ਹਾਂਜੀ, ਸ਼ੋਪਿੰਗ ਕਰ ਰਹੇ ਸੀ, ਭਤੀਜੀ ਦਾ ਵਿਆਹ ਆ ਤੇ ਉਹਦਾ ਕੋਈ ਆਪਣਾ ਜਿਹੜਾ ਸਮਾਨ ਸਮੂਨ ਕੋਈ ਲੈਣਾ, ਇਹਨਾਂ ਨੇ ਮਾੜਾ ਮੋਟਾ ਉਹ ਲੈਣ ਗਏ ਬਾਜ਼ਾਰ। ਇਕੱਲੇ ਇਕੱਲੇ ਸੀਗੇ। ਹਾਂ ਮੈਂ ਤੇ ਸੈਨਿਕ ਗੈਸਟ ਹਾਊਸ ਲਗਵਾਉਂਦੀ ਪਈ ਤੇ ਮੇਰਾ ਮੈਂ ਇੱਦਾਂ ਹੱਥ 'ਚ ਫੜਿਆ ਹੋਇਆ ਤੇ ਵਿੱਚ ਦੇ ਮੋਬਾਈਲ ਸੀਗਾ ਤੇ ਵੀ ਪੈਸੇ ਵੀ ਹੈਗੇ ਤੇ ਬਸ ਉਹ ਖੋ ਕੇ ਲੈ ਗਏ ਮਿੰਟ 'ਚ, ਉਹਨਾਂ ਪਤਾ ਹੀ ਨਹੀਂ ਲੱਗਣ 4500 ਰੁਪਏ ਵਿੱਚ ਤੇ ਮੋਬਾਈਲ। ਬੜੀ ਸਪੀਡ ਨਾਲ ਬੜੀ ਫਾਸਟ ਜਾਂਦੇ ਪਏ ਸੀਗੇ। ਹਾਂਜੀ, ਮੈਂ ਇਕੱਲੀ ਸੀਗੀ। ਨਹੀਂ ਮੁੰਦਰੀ ਕੁਛ ਨਹੀਂ। ਹਾਂਜੀ, ਪਰਸ ਖੋਇਆ 4500 ਰੁਪਿਆ ਸੀ ਤੇ ਮੋਬਾਈਲ। ਹਾਂਜੀ ਹਾਂਜੀ, ਹਾਂ ਪੈ ਕਾਫੀ ਜਣਾ ਉਹਨਾਂ ਦੇ ਮਗਰ ਦੌੜੇ ਆ ਪਰ ਉਹ ਕਾਬੂ ਨਹੀਂ ਆਏ। ਹਾਂਜੀ, ਮੋਬਾਈਲ ਵਿੱਚ ਹੀ। ਜ਼ਿਲ੍ਹਾ ਮੇਰਾ ਅੰਮ੍ਰਿਤਸਰ ਆ, ਮੈਂ ਇੱਥੇ ਵਰਕਰ ਹੈਗਾ ਸਾਹਮਣੇ ਖੱਤਰੀ ਭਵਨ ਕੋਲ, ਇੱਥੇ ਖੜਾ ਆਪਣੇ ਪਲੰਬਰ ਪਾਈਪ ਪਾ ਰਿਹਾ ਸੀ ਅਤੇ ਉੱਥੇ ਖੜਾ ਅਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ। ਮੈਂ ਕਿਹਾ ਵੀ ਸ਼ਾਇਦ ਐਕਸੀਡੈਂਟ ਹੋ ਗਿਆ ਹੈ, ਉਹਨਾਂ ਦਾ ਦੁਪੱਟਾ ਵਗੈਰਾ ਨੀਚੇ ਡਿੱਗਾ ਸੀ। ਅਸੀਂ ਭੱਜ ਆਏ ਹਾਂ, ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ, ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਡਰ ਮੋਟਰਸਾਈਕਲ 'ਤੇ, ਮੇਰਾ ਪਰਸ ਖੋ ਕੇ ਲੈ ਗਏ ਆ, ਫੋਨ ਹੀ ਵਿੱਚ ਅਤੇ ਕੁਝ ਉਹਨਾਂ ਦਾ ਕੈਸ਼ ਹੀ। ਹਾਂਜੀ, ਅਤੇ ਫਿਲਹਾਲ ਉਹਨਾਂ ਕੋਲ ਫੋਨ ਵੀ ਨਹੀਂ ਹੈਗਾ, ਕਿਸੇ ਦਾ ਫੋਨ ਲੈ ਕੇ ਉਹਨਾਂ ਘਰ ਕਾਲ ਕੀਤੀ ਆ ਤੇ ਹੁਣ ਉਹਨਾਂ ਦੇ ਘਰ ਦੇ ਪਹੁੰਚੇ ਆ। ਹਾਂਜੀ, ਫਿਲਹਾਲ ਜੀ ਦੱਸਿਆ ਇੱਥੇ ਮੁੰਡੇ ਰੁਕੇ ਸੀ ਬਾਈਕ ਵਾਲੇ, ਉਹਨਾਂ ਨੂੰ ਦੱਸਿਆ ਗਏ ਹੈਗੇ ਆ, ਉਹ ਕਹਿੰਦੇ ਵੀ ਉੱਥੋਂ ਜਹਾਜ਼ ਚੌਂਕ ਤੋਂ ਪਤਾ ਨਹੀਂ ਲੱਗਾ ਵੀ ਕਿੱਧਰ ਨੂੰ ਚਲੇ ਗਏ। ਹਾਂਜੀ ਸਰ, ਮੈਂ ਨਹੀਂ ਵੇਖਿਆ, ਮੈਂ ਸਿੱਧੇ ਉਹਨਾਂ ਲੇਡੀਜ਼ ਦੀ ਆਵਾਜ਼ ਸੁਣੀ ਆ,
ਆਵਾਜ਼ ਸੁਣ ਕੇ ਮੈਂ ਸਿੱਧਾ ਲੇਡੀਜ਼ ਵੱਲ ਹੀ ਗਿਆ, ਮੈਨੂੰ ਮੋਟਰਸਾਈਕਲ ਵੱਲ ਧਿਆਨ ਹੀ ਨਹੀਂ ਪਿਆ। ਚੀਕਾਂ ਮਾਰੀਆਂ? ਹਾਂਜੀ, ਉਹਨਾਂ ਦੀ ਜਦੋਂ ਚੀਕ ਮਾਰੀ ਆ, ਮੈਂ ਲੇਡੀਜ਼ ਵੱਲ ਗਿਆ, ਮੈਂ ਕਿਹਾ ਸ਼ਾਇਦ ਐਕਸੀਡੈਂਟ ਵਗੈਰਾ ਹੈਗਾ ਕੋਈ, ਮੈਂ ਸਿੱਧਾ ਉੱਧਰ ਨੂੰ ਗਿਆ। ਹਾਂਜੀ, खबर गुरदासपुर से है, जहां कल रात मोटरसाइकिल पर सवार तीन अज्ञात युवकों ने बटाला के पास घूमन कला गांव में बीएसएफ के एक सेनानी वृत्त सब इंस्पेक्टर के घर पर पेट्रोल बम से हमला कर दिया और इस हमले की घटना सीसीटीवी कैमरे में रिकॉर्ड हो गई। पीड़ित सेनानी वृत्त सब इंस्पेक्टर परमजीत सिंह ने बताया कि उनके घर में शादी का कार्यक्रम था, उसके बच्चे विदेश से गांव आए थे और देर रात जब वे अपने बच्चों के साथ शहर से वापस आए तो उन्होंने एक विस्फोट की आवाज सुनी। जब वे बाहर आए तो उन्होंने आंगन के अंदर आग का गोला देखा। सीसीटीवी की जांच से पता चला कि ये पेट्रोल बम था और साथ ही उन्होंने न्याय की गुहार लगाई है। वहीं अधिकारी ने घटना के बारे में बताया कि सीसीटीवी खंगाले जा रहे हैं और ये हमला तीन लोगों ने किया है। मामला दर्ज करते हुए आगे की कानूनी कार्रवाई शुरू कर दी। गुरदासपुर का ये मामला है जहां पर एक सब इंस्पेक्टर के घर पर हमला किया गया और बता दें कि पेट्रोल बम से घर पर हमला किया गया। वहीं हमले की तस्वीरें सीसीटीवी कैमरे में कैद हो गई और साथ ही परिवार ने न्याय की गुहार लगाई है। ਹਾਂਜੀ, ਇਹ ਨਾ ਪੈਟਰੋਲ ਵਾਲੀ ਬੋਟਲ ਆ, ਮੇ ਬੀ ਪੈਟਰੋਲ ਹੈ ਜਾਂ ਦੂਜਾ ਹੈਗਾ ਤੇਲ, ਤੇ ਬੱਤੀ ਲਾ ਕੇ ਅੰਦਰ ਨੂੰ ਸਿੱਟੀ ਆ ਤੇ ਵੈਰੀਫਾਈ ਕਰ ਰਹੇ ਆ, ਕੰਪਲੇਂਟ ਆ ਗਈ ਆ ਤੇ ਕੰਪਲੇਂਟ ਦੇ ਮੁਤਾਬਕ ਕਾਰਵਾਈ ਕਰ ਦਿੰਦੇ ਹੈਗੇ। ਸੀਸੀਟੀਵੀ ਨਾਲ ਦੇ ਘਰ ਤੋਂ ਥੋੜਾ ਜਿਹਾ ਸਾਹਮਣੇ ਆਇਆ, ਲਾਈਟ ਵੀ ਨਹੀਂ ਸੀ ਚੱਲ ਰਹੀ ਉਸ ਗਲੀ ਦੀ, ਮੇਰੇ ਹਿਸਾਬ ਨਾਲ ਉਸੇ ਦਿਨ ਹੀ ਇਹ ਬੰਦ ਹੋਈ ਸੀ ਲਾਈਟ, ਤੇ ਉਹਦੇ ਵਿੱਚ ਧੁੰਦਲਾ ਜਿਹਾ ਦਿਖਾਈ ਦਿੰਦਾ ਵੀ ਮੇ ਬੀ ਤਿੰਨ ਬੰਦੇ ਹੈਗੇ ਆ ਸ਼ਾਇਦ ਮੋਟਰਸਾਈਕਲ ਤੇ, ਤੇ ਪਰ ਹਜੇ ਉਹ ਮਤਲਬ ਉਹਨਾਂ ਦੀ ਸ਼ਕਲ ਦਾ ਜਾਂ ਉਹਨਾਂ ਪਤਾ ਨਹੀਂ ਲੱਗ ਰਿਹਾ, ਬਾਕੀ ਆਸੇ ਪਾਸੇ ਦੇ ਹੋਰ ਕੈਮਰੇ ਚੈੱਕ ਕਰਾਂਗੇ ਤੇ ਫਿਰ ਪਤਾ ਲੱਗੂਗਾ। ਹਜੇ ਤੀਕਰ ਇਹੋ ਜਿਹੀ ਗੱਲ ਸਾਹਮਣੇ ਤੇ ਨਹੀਂ ਆਏਗੀ, ਤੇ ਇਹਨਾਂ ਦੇ ਆਪਣਾ ਦੱਸਣਾ ਵੀ ਆ ਵੀ ਸਾਡੀ ਕਦੇ ਕਿਸੇ ਨਾਲ ਕੋਈ ਲੱਗ ਡੱਟ ਰਹੀ ਨੀ, ਤੇ ਆਸੇ ਪਾਸੇ ਦੇ ਲੋਕਾਂ ਤੋਂ ਵੀ ਵੈਰੀਫਾਈ ਕੀਤਾ ਬਟ ਉਹ ਕਹਿ ਰਹੇ ਆ ਵੀ ਇਹਨਾਂ ਦੀ ਕਦੇ ਏਦਾਂ ਦੀ ਗੱਲ ਸੁਣੀ ਨੀ ਗੀ, ਵੀ ਬੜੇ ਸ਼ਾਂਤ ਪਰਸਨ ਹੈਗੇ ਨੇ ਇਹ। ਕੱਲ 9 ਵਜੇ ਦੀ ਗੱਲ ਰਾਤ ਦੀ, ਬੱਚੇ ਸੈਰ ਕਰਕੇ ਅੰਦਰ ਆਏ ਸੀ, ਮੈਂ ਰੋਟੀ ਖਾਣ ਲੱਗਾ ਸੀ, ਬਾਹਰੋਂ ਮੈਨੂੰ ਸਾਊਂਡ ਸੁਣਿਆ ਅੱਗ ਦੀ ਲਪਟ, ਜਦੋਂ ਮੈਂ ਵੇਖੀ ਨਾ ਮੈਂ ਜਾ ਕੇ ਵੇਖਿਆ ਵੀ ਉਹ ਬੋਤਲ ਦੋ ਉਹਨਾਂ ਨੇ ਬੋਤਲ ਬੰਬ ਸੁੱਟੇ ਸੀ ਬੰਦਿਆਂ ਨੇ, ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਏ, ਰਾਤ ਹੋਣ ਕਰਕੇ ਮੂੰਹ ਢੱਕੇ ਸੀ ਉਹਨਾਂ ਨੇ। ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ, ਫਿਰ ਵੀ ਪੁਲਿਸ ਆਈ ਆ, ਫੋਰੈਂਸਿਕ ਲੈਬ ਵਾਲੀ ਆਏ, ਅਤੇ ਸਾਡੀ ਤਾਂ ਇਹੀ ਆ ਹੁਣ ਮੰਗ ਆ ਵੀ ਪੁਲਿਸ ਜਿਹੜਾ ਹੈ ਉਹ ਬੰਦੇ ਨੂੰ ਲੱਭੇ, ਸਾਡੇ ਘਰ ਵਿਆਹ ਵੀ ਆ, ਫੰਕਸ਼ਨ ਆ। ਮੈਂ BSF ਦਾ ਰਿਟਾਇਰ ਆ ਸਬ ਇੰਸਪੈਕਟਰ, ਤੇ ਵਿਆਹ ਵੀ ਆ ਸਾਡੇ ਘਰ, ਇਸ ਕਰਕੇ ਪੁਲਿਸ ਨੂੰ ਰਿਕੁਐਸਟ ਆ ਵੀ ਬੰਦਿਆਂ ਨੂੰ ਛੇਤੀ ਤੋਂ ਛੇਤੀ ਟਰੇਸ ਕੀਤਾ ਜਾਵੇ, ਗਾਂ ਤੋਂ ਇਹੋ ਜਿਹਾ ਕੰਮ ਉਹ ਨਾ ਕਰਨ। ਫਿਲਹਾਲ ਵਕਤ ਤੋਂ ਚਲਾ ਇੱਕ ਛੋਟਾ ਸਾ ਬ੍ਰੇਕ ਕਾ, ਬ੍ਰੇਕ ਕੇ ਬਾਅਦ ਜਲਦ ਹਾਜ਼ਰ ਹੋਵਾਂਗੇ। ਪੰਜਾਬ ਦੇਸ਼ ਦਾ ਪਹਿਲਾ
ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ SSF ਸੜਕ ਸੁਰੱਖਿਆ ਫੋਰਸ। ਹਰ 30 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ। ਕੋਈ ਟਰੱਕ ਖੜਾ ਖਰਾਬ ਹੋਇਆ ਉਹਨੂੰ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਤਕੜੀਆਂ ਨੇ। ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ ਟੋਇਟਾ ਹਿਲਸ ਕੰਪਿਊਟਰ ਫਿੱਟ ਹੈ ਸਾਰੇ ਇੰਪੈਲਨ ਜਿਹੜੇ ਹਸਪਤਾਲ ਨੇ ਟਰੋਮਾ ਸੈਂਟਰ ਨੇ ਉਹਨਾਂ ਨਾਲ ਅਟੈਚ ਹੈ ਹਰ ਗੱਡੀ। ਇਸ ਵਾਰ SSF ਕਰਕੇ ਕਿੰਨੀਆਂ ਮੌਤਾਂ ਘੱਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ। ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚੂਗੀ ਜੀ 3000 ਬੰਦੇ ਦੀ। ਆਪਾਂ ਪੰਜਾਬ ਨੂੰ ਸਭ ਤੋਂ ਸੇਫੈਸਟ ਸਟੇਟ ਬਣਾਉਣਾ। ਪੰਜਾਬ ਕੇ ਕੈਬਿਨੇਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਘਾਇਲ ਕਿਸਾਨੋ ਸੇ ਮੁਲਾਕਾਤ ਕੀ ਔਰ ਸੰਯੁਕਤ ਕਿਸਾਨ ਮੋਰਚਾ ਕੀ ਓਰ ਸੇ 13 ਫਰਵਰੀ ਕੋ ਦਿੱਲੀ ਕੂਚ ਕਰਨੇ ਕੇ ਐਲਾਨ ਕੇ ਬਾਅਦ ਕਿਸਾਨ ਲਗਾਤਾਰ ਸ਼ੰਭੂ ਬਾਰਡਰ ਪਰ ਪਹੁੰਚ ਰਹੇ ਹੈ ਔਰ ਸੁਬਹਾ ਸੇ ਹੀ ਹਰਿਆਣਾ ਪੁਲਿਸ ਕੀ ਓਰ ਸੇ 8 ਸੇ 9 ਆਸੂ ਗੈਸ ਕੇ ਗੋਲੇ ਛੋੜੇ ਗਏ ਜੋ ਕਿਸਾਨ ਬੈਰੀਕੇਡ ਤੋੜਨੇ ਕੀ ਕੋਸ਼ਿਸ਼ ਕਰ ਰਹੇ ਹੈ ਉਨ੍ਹੇ ਆਸੂ ਗੈਸ ਕੇ ਗੋਲੋ ਕੇ ਸਾਥ ਦੂਰ ਭੇਜਾ ਜਾ ਰਹਾ ਹੈ। कांग्रेस के पूर्व प्रधान लीडर नवजोत सिंह सिद्धू टीम के मेंबर पूर्व विधायक नाजर सिंह आदि द्वारा प्रेस कॉन्फ्रेंस करके केंद्र सरकार को कड़े हाथों में लिया और किसानों द्वारा अपनी मांगों के लिए दिल्ली कूच की पूर्ण हिमायत की और साथ ही किसानों को दिल्ली जाने के लिए केंद्र और हरियाणा सरकार द्वारा लगाई गई रोकों की निंदा की गई। साथ ही इस मौके पर नेताओं ने कहा कि केंद्र सरकार किसान विरोधी है जिसका चेहरा सामने आया क्योंकि किसानों की आमदनी दोगुनी करके वादे के प्रति कोई ध्यान नहीं दिया गया। अज दी जिहड़ी साडी प्रेस कॉन्फ्रेंस करन दा जिहड़ा मकसद है वो सिर्फ इतना की है जिहड़ा इस वेले एक तां लोकसभा इलेक्शन नेड़े आ रही है ते दूजा देश दे विच क्लैरिटी होण दी बजाए मुद्दियां ते दिनों दिन भंबल भूसा वधदा जा रहा है। ਉਹ ਜਿੰਨੇ ਜਿਹੜੀ ਮਤਲਬ ਕਿ ਸਮੱਸਿਆਵਾਂ ਵਿਕਰਾਰ ਰੂਪ ਧਾਰਨ ਕਰਕੇ ਸਾਹਮਣੇ ਆਈਆਂ ਨੇ ਉਹ ਸਾਡੇ ਸਾਹਮਣੇ ਹੈ। ਸਭ ਤੋਂ ਵੱਡੀ ਸਮੱਸਿਆ ਸਾਡੀ ਕਿਸਾਨੀ ਦੀ ਜਿਹੜੀ ਹੁਣ ਤੱਕ ਅਣਦੇਖੀ ਹੁੰਦੀ ਰਹੀ ਹੈ। ਬੇਸ਼ੱਕ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਆਪਣੇ ਹੁੰਦੇ ਸਵਾਮੀਨਾਥਨ ਕਮਿਸ਼ਨ ਦੀ ਕੰਸਟੀਟਿਊਸ਼ਨ ਕੀਤੀ ਤੇ ਉਹ
शिरोमणि अकाली दल के वरिष्ठ नेता डॉक्टर दलजीत सिंह चीमा के किसानों के आंदोलन को लेकर प्रतिक्रिया सामने आई। उनका कहना है कि किसानों पर अत्याचार पूरी तरह से अलोकतांत्रिक है और आपको बता दें कि किसानों के आंदोलन के चलते 15 फरवरी को अकाली दल के पंजाब बचाओ यात्रा के फरीदकोट और फिरोजपुर में होने वाले कार्यक्रम स्थगित कर दिए गए हैं और कोर कमेटी की 2 बैठकें हो चुकी हैं। गैर लोकतंत्री तरीके दे नाल किसानां दे जिहड़ा पीसफुल प्रोटेस्ट है उहदा हक किसानां कोलों सूबा ते केंद्र सरकार वल्लों खोया जा रहा और जिस तरीके दा माड़ा वर्ताओ किसानां दे। फिलहाल इस बुलेटिन में इतना ही। ज्यादा खबरों के लिए बने रहिए हमारे साथ। नमस्कार।